लो जी, वेलकम बैक। कितना सारे ठीक ठाक हो? आपां मूवी देख रहे सां धर्म युद्ध मोर्चा। ते चलो आपां जी शुरू करते हैं कि जिथो आखिरी पार्ट है। आखिरी पार्ट। छे जून नूं सवेरे संतां ने अकाल तख्त ते अरदास कीती। ते अरदास करन उपरंत भाई अमरीक सिंह, भाई गुरमुख सिंह गड़बई ते होर संगी साथियां नाल संत जी बाहर आए। दरबार साहब वल मत्था टेकिया तां पहलां भाई अमरीक सिंह जी शहीद होए ते फिर संत जरनैल सिंह जी खालसा पिंडरां वाले निशान साहब दे कोल शहीदी पा गए। दादा जी, सरकार नूं दरबार साहिब ते अटैक नहीं करना चाहिदा सी। पुत्तर, सरकार ने केवल दरबार साहिब ते नहीं अटैक किया बल्कि होर गुरुद्वारों ते भी हमले किए। नाले पुत्तर, फौज वालों चके गए 180 तो वध गुरु ग्रंथ साहिब जी के हस्तलिखित स्वरूप भी अज तक वापस नहीं किए गए। पुत्तर जी, अटैक तो 1.5 दहाके तक चलता रहा। किन्या ही परिवारां दे उपर अनमनुखा तशद्दत ढाया गया। किन्या ही मावां दे पुत्तां नूं घरों चुक के कदी नहर दे कंडे, कदी जेल दे विच, कदी राहां दे विच गोली मार के मार दिता गया। इत्थों तक कि उन्हां दियां लाशां भी नहीं वापस कीतियां गईयां। एक बहुत मशहूर ह्यूमन राइट एक्टिविस्ट जसवंत सिंह खालड़ा, जिसने 25,000 अनआइडेंटिफाइड बॉडीज़ नू आइडेंटिफाई कीता सी, पुलिस ने उसनू भी शरेआम घर दे बाहरों चुक के गोली मारती। मैनू कदे खिच्चिया सर। खालड़ा कित्थे है? सर वो अंदर है जी। तुसी उन्हें मारिया नहीं अजे तक? सर कुछ टाइम दिओ, आफ्टर ऑल इज अ नोन परसन। मैनू कुछ नहीं पता, जिन्नी देर उन्हें मार दे नहीं मैं इत्थों नहीं जाना। ਅਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜ ਵਾਲੇ ਨੇ ਮਾਫ ਪਾ ਦਿੱਤਾ ਜੋ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਮੇਰੇ ਵੱਲੋਂ ਸਿੱਖਾਂ ਨੂੰ ਹੋਰ ਜ਼ੋਰ ਅਪੀਲ ਹੈ, ਇਹਦਾ ਮੂੰਹ ਤੋੜਵਾਂ ਜਵਾਬ ਦੇਣ। ਕਮ ਕੇਵਲ ਕਮਰ ਕਸੈ ਨਾ ਕਰਨ, ਕਮਰ ਕਸੈ ਕਰਕੇ ਤੁਰਨ। ਸਿੱਖਾਂ ਦੇ ਉੱਪਰ ਇਦੋਂ ਹੋਰ ਕੋਈ ਵੱਡੀ ਗੁਲਾਮੀ ਦੀ ਨਿਸ਼ਾਨੀ ਨਹੀਂ ਹੋ ਸਕਦੀ ਜਿਹੜਾ ਹੁਣ ਪਾਪ ਹੋਇਆ।
ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ, ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਆ। ਜਿਹੜੀ ਕਿ ਆਸ ਇਹਨਾਂ ਦੀ ਪੂਰੀ ਨਹੀਂ ਹੋ ਸਕਣੀ। ਅੱਛਾ, ਜਸਵੰਤ ਸਿੰਘ ਖਾਲੜਾ ਜਿਹੜਾ ਸੀ ਤਾਂ ਉਹਨੇ ਇਨਵੈਸਟੀਗੇਟ ਕੀਤਾ ਸੀ ਉਸ ਤੋਂ ਬਾਅਦ, ਅਤੇ ਫਿਰ ਦੱਸਿਆ ਕਿ ਕਿੰਨਾ ਮਤਲਬ ਜਿਹੜਾ ਸਿੱਖ ਹੈ ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਨੇ ਡੈਡ ਬੋਡੀਆਂ ਦੀ ਮਤਲਬ ਯਾਨੀ ਓਪਰੇਸ਼ਨ ਦੇ ਦੌਰਾਨ ਸਾਰਾ ਜਿਹੜਾ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਗਿਆ। ਬਹੁਤ ਜ਼ੁਲਮ, ਮਤਲਬ ਕਿ ਤਹਾ ਹੋ ਗਈ ਸੀ ਇੱਥੇ ਤੱਕ ਵੀਰੇ ਦੱਸਦੇ ਨੇ ਕਿ ਮਤਲਬ ਇਹ ਤਾਂ ਚਲੋ ਮੂਵੀ ਸੀ ਨਾ, ਮੂਵੀ ਦੇ ਵਿੱਚ ਉਹਨਾਂ ਨੇ ਕਈ ਚੀਜ਼ਾਂ ਵਿਖਾਈਆਂ, ਮਤਲਬ ਕਈ ਜਿਹੜੀਆਂ ਨੇ ਉਹ ਨਹੀਂ ਵਿਖਾ ਸਕੇ ਹੁਣ ਸਾਰਾ ਪੂਰਾ ਇਤਿਹਾਸ, ਲੇਕਿਨ ਕੋਸ਼ਿਸ਼ ਕੀਤੀ ਗਈ ਉਹਨਾਂ ਕਿ ਪੂਰੀ ਦੀ ਪੂਰੀ ਹਿਸਟਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੰਤਾਂ ਦੀ ਜਿਹੜੀ ਉਹ ਵਿਖਾਈ ਜਾਏ। ਲੇਕਿਨ ਇਹਦੇ ਵਿੱਚ ਵੀਰੇ ਦੱਸਦੇ ਨੇ ਕਿ ਪੱਟ ਚੀਰ ਕੇ ਨਾ ਵਿੱਚ ਮਿਰਚਾਂ ਭਰ ਕੇ ਸੀ ਦਿੰਦੇ ਹੁੰਦੇ ਹਨ। ਅੱਛਾ, ਇੱਥੇ ਤੱਕ ਮਤਲਬ ਜ਼ੁਲਮ ਕਰਦੇ ਸਨ ਉਹਨਾਂ ਦੇ। ਫਿਰ ਇੰਦਰਾ ਗਾਂਧੀ ਤੇ ਗੁੱਸਾ ਕਰ ਸਹੀ ਕੱਢਿਆ ਸੀ ਉਹਨੇ। ਹਾਂ, ਇੰਦਰਾ ਗਾਂਧੀ ਨੂੰ ਫਿਰ ਇੰਦਰਾ ਦਾ ਤਾਂ ਕੋਈ ਨਾਮ ਹੀ ਨਹੀਂ ਆਇਆ ਇਸ ਮੂਵੀ 'ਚ। ਮਤਲਬ ਇੰਦਰਾ ਪਿੱਛੇ ਜਿਹੜੀ ਪੀ ਐਮ ਸੀ ਉਹ ਇੰਦਰਾ ਗਾਂਧੀ ਸੀ ਨਾ, ਇਨਵੋਲਵ ਤੇ ਹੋਈ ਸੀ। ਉਹਨਾਂ ਨੇ ਦੱਸਿਆ ਨੀਗਾ ਕਿ ਇੰਦਰਾ ਗਾਂਧੀ ਨੂੰ ਵੀ ਚਿੱਠੀ ਲਿਖੀ ਗਈ ਸੀ ਇੰਦਰਾ ਗਾਂਧੀ ਕੋਲ ਵੀ, ਕਿ ਸੰਤ ਜਿਹੜੇ ਨੇ ਉਹ ਸਮਝੌਤੇ ਵਾਸਤੇ ਤਿਆਰ ਨੇ, ਲੇਕਿਨ ਉਹਦੇ ਬਾਵਜੂਦ ਵੀ ਜਦੋਂ ਜ਼ਿਕਰ ਹੋਏਗਾ ਤੇ ਇੰਦਰਾ ਗਾਂਧੀ ਦਾ ਜ਼ਿਕਰ ਹੋਏਗਾ। ਹਾਂ, ਸਰਕਾਰ ਦਾ ਜਦੋਂ ਗੱਲ ਜ਼ਿਕਰ ਹੋਣ ਡਿਆ ਨਾ ਦਿੱਲੀ, ਦਿੱਲੀ ਉਹ ਸਰਕਾਰ ਜ਼ਾਹਰ ਹੈ ਜਿਹਦੀ ਹੈ, ਫਿਰ ਉਹਦੀ ਜਿਵੇਂ ਆਪਣੇ ਇਸਲਾਮਾਬਾਦ ਦਾ ਜ਼ਿਕਰ ਕਰਨ ਤੇ ਉੱਥੇ ਗਵਰਨਮੈਂਟ ਚੱਲ ਰਹੀ ਹੈ, ਗਵਰਨਮੈਂਟ ਦਾ ਜ਼ਿਕਰ ਦਿੱਲੀ ਦਾ ਜ਼ਿਕਰ ਹੁੰਦਾ, ਡਾਇਰੈਕਟ ਬੰਦੇ ਦਾ ਨਾਂ ਹੀ ਨਾ ਲੈਂਦੇ, ਫਿਰ ਮਤਲਬ ਸਟੇਟ ਉਹ ਲੈ ਲੈਂਦੇ ਨੇ ਤੁਹਾਡਾ ਵਜ਼ੀਰ ਆਜ਼ਮ ਦਾ। ਚਲੋ ਜੀ, ਆਪਾਂ ਪੂਰੀ ਫਿਲਮ ਜਿਹੜੀ ਹੈ ਵੇਖੀ ਹੈ, ਸੰਤਾਂ ਦੀ ਲਾਈਫ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੱਦਾਂ ਮਤਲਬ ਰਹੇ, ਜਿੱਦਾਂ ਕੀਤਾ ਸਾਰਾ ਕੁਛ, ਜੋ ਹੋਇਆ ਜਿਹੜਾ ਘੱਲੂਕਾਰਾ ਹੋਇਆ 84 ਵਾਲਾ ਉਹਦਾ ਵੀ, ਬਾਕੀ ਕੀ ਲੱਗਦਾ ਸੰਤ ਕਿੱਦਾਂ ਦੇ ਬੰਦੇ ਸਨ? ਅੱਛੇ ਬੰਦੇ ਸਨ, ਬਹੁਤ ਅੱਛੇ ਬੰਦੇ ਸਨ। ਜੋ ਰੋਲ ਵਿਖਾਇਆ ਗਿਆ ਸ਼ੁਰੂ ਤੋਂ ਲੈ ਕੇ ਆਖਰ ਤੱਕ, ਆਪਣੀ ਕੌਮ ਵਾਸਤੇ ਕੰਮ ਕਰਨਾ, ਆਪਣੀ ਕੌਮ ਤੋਂ ਇਲਾਵਾ ਵੀ ਸਾਰਿਆਂ ਵਾਸਤੇ ਕੰਮ ਕਰਨਾ, ਦੇਖੋ ਆਪਣੇ ਦੀਨ ਤੇ ਚੱਲਣ ਵਾਲੇ ਵੀ ਸਨ। ਹਾਂ, ਆਪਣੇ ਦੀਨ ਤੋਂ ਇਲਾਵਾ ਉਹ ਦੂਸਰੇ ਵੀ, ਅਗਰ ਕੋਈ ਹਿੰਦੂ ਕੋਈ ਫਰਿਆਦ ਲੈ ਕੇ ਆਇਆ ਤੇ ਉਹਦੇ ਵੀ ਪੂਰੀ ਹੋਈ ਹੈ, ਜੇ ਕੋਈ ਮੁਸਲਮਾਨ ਗਿਆ ਤੇ ਉਹਦਾ ਵੀ ਨਾਲ ਖਲੋਤੇ ਨੇ ਪੂਰੇ ਹੋਏ ਨੇ। ਅੱਛਾ, ਮੈਂ ਵੇਖਿਆ ਕਿ ਸਿੱਖਾਂ ਨੇ ਨਾ ਹਮੇਸ਼ਾ ਕੁਰਬਾਨੀ ਬੜੀ ਦਿੱਤੀ ਹੈ, ਬਹੁਤ ਕੁਰਬਾਨੀ, ਔਰ ਉਹਨਾਂ ਦਾ ਮੋਸਟਲੀ ਆਪਾਂ ਜਿੰਨੇ ਵੀ ਵੀਡੀਓ ਵੇਖ ਰਹੇ ਹਾਂ ਤੁਸੀਂ ਵੇਖ ਲਓ, ਹਿਸਟਰੀ ਜਿਹੜੀ ਹੈ ਸਿੱਖਾਂ ਦੀ ਕੁਰਬਾਨੀਆਂ ਨਾਲ ਭਰੀ ਪਈ ਹੈ। ਬਿਲਕੁਲ, ਕੁਰਬਾਨੀਆਂ ਹਰ ਕੌਮ, ਵੇਖੋ ਜੀ ਹਰ ਕੌਮ ਚ ਹੈ ਨੇ, ਲੇਕਿਨ ਆਪਾਂ ਇਹ ਵੇਖਦੇ ਹਾਂ ਕਿ ਸਿੱਖੀਜ਼ਮ ਦੇ ਵਿੱਚ ਆਪਾਂ ਹੁਣ ਵੇਖੀ ਸੀ ਚਾਰ ਸਾਹਿਬਜ਼ਾਦੇ ਮੂਵੀ ਵੇਖੀ ਸੀ ਕਿ ਉਹਦੇ ਵਿੱਚ ਗੁਰੂਆਂ ਨੇ ਆਪਣੀਆਂ ਪੂਰੀਆਂ ਫੈਮਿਲੀ ਜਿਹੜੀ ਹੈ ਉਹ ਕੁਰਬਾਨ ਕਰਤੀ, ਉਹ ਕੁਰਬਾਨ ਕਰ ਦਿੱਤੀ। ਉਸ ਤੋਂ ਵੇਖੋ ਜੀ ਇੱਕ ਲੜੀਆਂ ਅੱਗੇ ਤੋਂ ਅੱਗੇ ਫਿਰ ਚਲੀਆਂ ਉਂਡੀਆਂ ਨੇ, ਹਰ ਬੰਦਾ ਜਿਹੜਾ ਬੰਦਾ ਹੱਕ ਸੱਚ ਵਾਸਤੇ ਗੱਲ ਕਰਦਾ ਹੈ ਖਲੋਂਦਾ ਹੈ ਨਾ, ਅਤੇ ਉਹਦਾ ਮਤਲਬ ਦਿਲ 'ਚ ਇਤਰਾਮ ਹੁੰਦਾ। ਉਹਨਾਂ ਨੇ ਗੁਰੂ ਗੋਬਿੰਦ ਜੀ ਹੋਣਾ ਨੇ ਆਪਣੇ ਬੇਟਿਆਂ ਨੂੰ ਕੁਰਬਾਨ ਕੀਤਾ, ਤੇ ਵੇਖੋ ਬਹੁਤ ਸਾਰੀਆਂ ਚੀਜ਼ਾਂ ਇਹ ਬਹੁਤ ਮਾਜ਼ੀ ਦੇ ਵਿੱਚ ਐਗਜ਼ਾਮਪਲਸ ਪਈਆਂ ਨੇ ਇਹਦੀਆਂ। ਚਲੋ, ਬਾਕੀ ਆਪਾਂ ਹੁਣ ਅਗਲਾ ਵੀਡੀਓ ਜਿਹੜਾ ਜੀ ਵੇਖਦੇ ਹਾਂ ਅਤੇ ਤੁਹਾਡੇ ਨਾਲ ਮਿਲਦੇ ਹਾਂ। ਫਿਲਮ ਮੁਕੰਮਲ ਹੋ ਗਈ, ਕਮੈਂਟ ਕਰਕੇ ਦੱਸੋ ਨੈਕਸਟ ਕੀ ਵੇਖਿਆ ਜਾਵੇ, ਉਹ ਫਿਰ ਆਪਾਂ ਟੂਰ ਤੋਂ ਵਾਪਸੀ 'ਤੇ ਵੇਖਾਂਗੇ। ਇਹ ਸਾਡਾ ਫਾਈਨਲ ਵੀਡੀਓ ਸੀ, ਇਸ ਤੋਂ ਬਾਅਦ ਤੁਹਾਨੂੰ ਵਲੌਗਸ ਵੀ ਆਪਣੇ ਮਿਲਦੇ ਰਹਿਣਗੇ ਚੈਨਲ ਦੇ ਉੱਪਰ, ਅਤੇ ਆ ਕੇ ਆਪਾਂ ਫਿਰ ਵਾਪਸ ਜਨਵਰੀ ਤੋਂ ਜਿਹੜਾ ਰੈਗੂਲਰ ਕੰਮ ਸਟਾਰਟ ਕਰਾਂਗੇ ਦੁਬਾਰਾ, ਅਤੇ ਤੁਹਾਡੇ ਨਾਲ ਮਿਲਾਂਗੇ।